ਓਏ ਆਦਲਜੀਤ ਸਿਆ ਆਵਾਜ਼ ਮਾਰਦਾ ਖਨੋਰੀ ਬਾਰਡਰ ਤੇਨੂੰ ਲਾ 20 ਮਿੰਟ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਲਾ ਸ਼ਹੀਦ ਸ਼ੁਭ ਕਰਨ ਦੇ ਹੱਕ ਦੇ ਵਿੱਚ ਨਾਰਾ ਅਸੀਂ ਵਪਾਰੀਆਂ ਦੀਆਂ ਸਟੇਜਾਂ ਤੋਂ 30-30 ਮਿੰਟ ਜ਼ਿਆਦਾ ਟਾਈਮ ਦਾ ਅਨਾਉਂਸ ਕਰਦੇ ਆ ਦਿਲਜੀਤ ਦੂਸਾਂਝ ਤੇ ਪੜਕੇ ਕਿਸਾਨ ਪੀਤੇ ਦਿਨੀ ਦਿਲਜੀਤ ਦੂਸਾਂਝ ਨੇ ਨੰਤੰਬਾਨੀ ਦੀ ਪ੍ਰੀ-ਵੈਡਿੰਗ ਤੇ ਸ਼ੋਅ ਲਾਇਆ ਸੀ ਅਤੇ ਉਹਨਾਂ ਤੋਂ ਕਰੋੜਾ ਰੁਪਏ ਵਸੂਲੇ ਜਿਸ ਤੋਂ ਬਾਅਦ ਬਾਰਡਰਾਂ ਤੇ ਬੈਠੇ ਕਿਸਾਨ ਪੜਕੁੱਠੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਤਾਂ ਬਾਰਡਰਾਂ ਤੇ ਇੰਨਾ ਅੰਬਾਨੀਆਂ ਅਡਾਨੀਆਂ ਕਰਕੇ ਮਰ ਰਹੇ ਆਂ ਅਤੇ ਦਿਲਜੀਤ ਦੂਸਾਂਝ ਉਹਨਾਂ ਦੀਆਂ ਸਟੇਜਾਂ ਉੱਪਰ ਨੱਚ ਗਾ ਰਿਹਾ ਹੈ ਇੰਨਾ ਹੀ ਨਹੀਂ ਇੱਕ ਕਿਸਾਨ ਭਰਾ ਵੱਲੋਂ ਤਾਂ ਦਿਲਜੀਤ ਨੂੰ ਲਲਕਾਰਿਆ ਗਿਆ ਕਿ 20 ਮਿੰਟ ਖਨੌਰੀ ਬਾਰਡਰ ਜਾਂ ਫਿਰ ਸ਼ੰਭੂ ਬਾਰਡਰ ਤੇ ਆ ਕੇ ਦੇਖ ਤੇ ਸ਼ਹੀਦ ਹੋਏ ਕਿਸਾਨਾਂ ਦੇ ਹੱਕ ਵਿੱਚ ਨਾਰੇ ਲਾ ਦੂਜੇ ਪਾਸੇ ਕੁਝ ਲੋਕ ਦਿਲਜੀਤ ਦੋਸਾਂਝ ਨੂੰ ਸਹੀ ਕਹਿ ਰਹੇ ਨੇ ਅਤੇ ਕੁਝ ਕੁ ਲੋਕ ਉਸ ਦੇ ਖਿਲਾਫ ਨੇ ਦਿਲਜੀਤ ਦੋਸਾਂਝ ਦੇ ਫੈਨਸ ਦਾ ਕਹਿਣਾ ਹੈ ਕਿ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ ਵਿੱਚ ਇਸ ਤਰ੍ਹਾਂ ਦੀ ਪਰਫਾਰਮੈਂਸ ਦੇ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ ਤੇ ਉਸਨੇ ਪੱਗ ਬੰਨ ਕੇ ਸਟੇਜ ਉੱਪਰ ਗਾਇਆ ਅਤੇ ਸਭ ਨੂੰ ਆਪਣਾ دیਵਾਨਾ ਬਣਾ ਲਿਆ ਚੇਕ ਕਰੋ ਉਸ ਨੂੰ ਐਜ਼ ਐਨ ਆਰਟਿਸਟ ਦੇਖਿਆ ਜਾਵੇ ਤਾਂ ਉਸਨੇ ਆਪਣੇ ਕੰਮ ਨੂੰ ਪਹਿਲ ਦਿੱਤੀ ਹੈ ਅਤੇ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਉਸ ਦਾ ਸਭ ਤੋਂ ਪਹਿਲਾ ਧਰਮ ਪੰਜਾਬ ਅਤੇ ਕਿਸਾਨੀ ਹੈ ਅਤੇ ਉਹ ਸਾਡੇ ਮਨਾ ਦੇ ਵੇੜੇ ਹੀ ਨੱਚ ਗਾ ਰਿਹਾ ਹੈ ਬਾਕੀ ਤੁਹਾਡੇ ਇਸ ਬਾਰੇ ਕੀ ਰਾਏ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ